ਸੰਗਰੂਰ ਦੇ ਉਬਾਵਲ ਸੜਕ ਦੇ ਕਿਨਾਰੇ ਇੱਕ 59 ਸਾਲਾ ਵਿਅਕਤੀ ਦੀ ਲਾਸ਼ ਮਿਲਣ ਤੇ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਹਿਚਾਣ ਪਾਲਾ ਰਾਮ ਵਜੋਂ ਹੋਈ, ਜੋ ਸੰਗਰੂਰ ਦੇ ਅੰਬੇਦਕਰ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਮੁਤਾਬਕ 3 ਦਿਨ ਬਾਅਦ ਮ੍ਰਿਤਕ ਪਾਲਾ ਰਾਮ ਦੇ ਬੇਟੇ ਦਾ ਵਿਆਹ ਸੀ ਅਤੇ ਕੱਲ ਰਾਤ ਮ੍ਰਿਤਕ ਵਿਆਹ ਦਾ ਸਮਾਨ ਖਰੀਦਣ ਲਈ ਘਰੋਂ ਗਿਆ ਹੋਇਆ ਸੀ, ਜੋ ਕਿ ਵਾਪਸ ਘਰ ਨਹੀਂ ਆਇਆ ਤੇ ਅੱਜ ਮ੍ਰਿਤਕ ਦੀ ਲਾਸ਼ ਮਿਲੀ। ਲਾਸ਼ ਤੇ ਕਈ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਪਾਲਾ ਰਾਮ ਦਾ ਕਤਲ ਹੋਇਆ ਹੈ। ਅਕਤੂਬਰ ਦੀ ਮੈਰਿਜ ਹੈ ਮੇਰੀ। ਅੱਛਾ ਜੀ। ਹਾਂਜੀ, ਕੱਲ ਸ਼ਾਮ ਨੂੰ 6:30 ਦੀ ਗੱਲ ਹੈ, ਕਹਿ ਕੇ ਗਏ ਨੇ ਘਰੋਂ ਵੀ ਮਾਰਨਾ ਮੈਂ ਕੋਈ ਸਮਾਨ ਲਿਆਵਾਂ। ਮੈਂ ਕਿਹਾ ਚਲੋ ਲੈ ਆਓ, ਮੇਰੇ ਦੋਸਤ ਬੈਠੇ ਸੀ, ਉਹਨਾਂ ਨੂੰ ਮਿਲ ਕੇ ਗਏ ਨੇ ਅਤੇ ਬਸ ਉਸ ਤੋਂ ਬਾਅਦ ਤਾਂ ਫਿਰ ਆਏ ਹੀ ਨਹੀਂ ਉਹ। ਅਸੀਂ ਕਾਫੀ ਜਗ੍ਹਾ ਜਿੱਥੇ ਜਾਂਦੇ ਹੁੰਦੇ ਨੇ ਪਤਾ ਕੀਤਾ, ਬਟ ਕੁਛ ਨਹੀਂ ਪਤਾ ਲੱਗਿਆ ਉਹਨਾਂ। ਸਵੇਰੇ ਵੀ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਿਆ, ਪਰ ਸਾਰੇ ਹੀ ਮਨਾ ਕਰਤਾ ਸੀਗਾ ਵੀ ਕਿਤੇ ਸਾਡੇ ਕੋਲ ਤਾਂ ਆਏ ਨਹੀਂ। ਤਾਂ ਹੁਣ ਘਰ ਫੋਨ ਆਇਆ ਗਾ ਪੁਲਿਸ ਵਾਲਿਆਂ ਦਾ 2 ਵਜੇ ਵੀ ਐਂ ਕਰਕੇ ਉਹ ਡੈੱਡ ਬੋਡੀ ਮਿਲੀ ਹੈ ਬਡੂਖਾ ਰੋਡ ਤੋਂ, ਬਾਈਪਾਸ ਮੇਨ ਹਾਈਵੇ ਤੋਂ। ਬਸ ਉਸ ਤੋਂ ਬਾਅਦ ਤਾਂ ਹੁਣ ਜੇ ਦੇਖਿਆ ਜਾਵੇ ਐਕਸੀਡੈਂਟ ਤਾਂ ਲੱਗਦਾ ਨਹੀਂ, ਕਿਉਂਕਿ ਨਾ ਸਾਈਕਲ ਮਿਲਿਆ ਸਾਨੂੰ, ਐਂ ਲੱਗਦਾ ਵੀ ਜਿਵੇਂ ਕਿਸੇ ਨੇ ਮਾਰ ਕੇ ਸੁੱਟਤੇ ਹੋਣ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਦੁਪਹਿਰੇ ਸਾਨੂੰ ਪਤਾ ਲੱਗਿਆ ਨਾ, ਗੁਆਂਢੀ ਖੇਤਾਂ ਵੱਲੋਂ ਮੌਕੇ 'ਤੇ ਅਸੀਂ ਗਏ, ਸੀਨੀਅਰ ਅਫਸਰ ਵੀ ਆਏ ਅਤੇ ਫਿਲਹਾਲ ਜੋ ਬਿਆਨ ਲਿਖਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਬਾਅਦ ਫਿਰ ਇਨਕੁਆਇਰੀ 'ਚ ਜਿਵੇਂ ਜਿਵੇਂ ਹੋਊਗਾ ਤਰਤੀਬ ਸਾਹਮਣੇ 'ਤੇ ਲਿਆਂਦੀ ਜਾਊਗੀ। ਤਾਂ ਸੜਕ ਦੇ ਨਾਲ ਹੀ ਥੋੜ੍ਹਾ ਨੀਚੇ ਥਵੇਂ ਡਿੱਗੀ ਹੋਈ ਸੀ ਕਹਿਣਾ ਚਾਹੁੰਦਾ, ਅਤੇ ਅਸੀਂ ਕਈ ਪਹਿਲੂਆਂ 'ਤੇ ਜਾ ਰਹੇ ਹਾਂ, ਮਤਲਬ ਦੇਖ ਰਹੇ ਹਾਂ ਜੀ ਸਾਰੇ ਪਾਸੇ ਪੁਜੀਸ਼ਨ ਜਿਵੇਂ ਟਾਈਮ ਟੂ ਟਾਈਮ ਹੈ। ਮੈਂ ਦੱਸਿਆ ਵੀ ਜਿਹੜੇ ਕੋਈ ਲੰਘ ਰਹੇ ਤੇ ਉੱਥੇ ਝੁੱਗੀਆਂ ਵਗੈਰਾ ਵਾਲੇ, ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਗਿਰਿਆ ਪਿਆ, ਉਹਨਾਂ ਨੇ ਅੱਗੇ ਸਾਨੂੰ ਪੰਚਾਇਤ ਨੂੰ ਦੱਸਿਆ, ਮੈਂਬਰਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਚੌਂਕੀ। ਲਹਿਰਾ ਗਾਗਾ ਤੋਂ ਅਨਿਲ ਜੈਨ, ਖਬਰ ਹਰ ਪਲ ਇੰਡੀਆ ਲਈ।